ਸਭ ਸੇਵਕ ਰੰਦਾ ਜਾ ਤੇਰਾ ਬੰਦਾ ਤੁਧ ਸਭ ਕਿਛ ਮੈਨੂੰ ਸੋਪਿਆ ਜਾ ਤੇਰਾ ਬੰਦਾ ਤੁਧ ਸਭ ਕਿਛ ਮੈਨੂੰ ਸੋਪਿਆ ਜਾ ਤੇਰਾ ਬੰਦਾ ਜਾ ਤੂੰ ਮੇਰੇ ਵੱਲ ਹੈ ਤਾਂ ਸਭ ਕਿਛ ਮੈਨੂੰ ਸੋਪਿਆ ਜਾ ਤੇਰਾ ਬੰਦਾ ਤੁਧ ਸਭ ਕਿਛ ਮੈਨੂੰ ਸੋਪਿਆ ਜਾ ਤੇਰਾ ਬੰਦਾ ਵੱਲ ਹੈ
ਆਨੰਦ ਪਾਇਆ ਸੁਖ ਪਾਇਆ ਮੈਨੂੰ ਗੁਰੂ ਗੋਬਿੰਦ ਆਨੰਦ ਪਾਇਆ ਆਨੰਦ ਪਾਇਆ ਸੁਖ ਪਾਇਆ ਮਿਲਾ ਮਿਲ ਗੁਰ ਗੋਬਿੰਦ ਆਨੰਦ ਪਿਆ ਆਨੰਦ ਪਿਆ ਆਨੰਦ ਪਿਆ ਆਨੰਦ ਆਨੰਦ ਪਿਆ ਆਨੰਦ ਪਾਇਆ ਸੁਖ ਪਾਇਆ ਮੈਨੂੰ ਗੁਰੂ ਗੋਬਿੰਦ ਸਭ ਕਾਜ ਸਵਾਰਿਆ ਜਾ ਤੁਦ ਪਾਵਨ ਜਾ ਤੁਦ ਪਾਵੰਦਾ ਜਾ ਤੇਰਾ ਬੰਦਾ ਤੁਦ ਸਭ ਕਿਛ ਮੈਨੂੰ ਸੋਪਿਆ ਜਾ ਤੇਰਾ ਬੰਦਾ ਤੁਦ ਸਭ ਕਿਛ ਮੈਨੂੰ ਸੋਪਿਆ ਜਾ ਸਭ ਕਿਛ ਮੈਨੂੰ ਸੋਪਿਆ ਜਾ ਤੇਰਾ ਬੰਦਾ ਜਾ ਤੇਰਾ ਬੰਦਾ ਜਾ ਤੇਰਾ ਬੰਦਾ ਵਾਹਿਗੁਰੂ ਵਾਹਿਗੁਰੂ ਨਾਨਕ ਨਾਮ ਤੇ ਆਈਏ ਕਾਰਜ ਆਵੇ ਰਾ ਕਾਰਜ ਆਵੇ ਰਾ ਨਾਨਕ ਨਾਮ ਤੇ ਆਈਏ ਕਾਰਜ ਆਵੇ ਰਾ ਕਾਰਜ
ਜਰੇ ਇੱਕ ਟੇਕ ਤੋ ਲਾਹੇ ਬੇਡਾਨੀਆ ਤਰ ਜਰੇ ਇੱਕ ਟੇਕ ਤੋ ਲਾਹੇ ਬੇਡਾਨੀਆ ਕਾਰਜ ਆਵੇ ਨਾਨਕ ਨਾਮ
ਕਾਰਜ ਆਵੈ ਸਤਿਗੁਰ ਤੁਮਰੇ ਕਾਜ ਸਵਾਰੇ ਤੁਮਰੇ ਕਾਜ ਸਵਾਰੇ ਤੁਮਰੇ ਕਾਜ ਸਵਾਰੇ ਸਤਿਗੁਰ 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 ਤੁਮਰੇ ਕਾਜ ਸਵਾਰੇ ਸਤਿਗੁਰ ਤੁਮਰੇ ਕਾਜ ਸਵਾਰੇ ਤੁਮਰੇ ਕਾਜ ਸਵਾਰੇ ਸਤਿਗੁਰ ਤੁਮਰੇ ਕਾਜ ਤੁਮਰੇ ਕਾਜ ਸਵਾਰੇ ਤੇਰ ਕਰ ਬੈਸੋ ਹਰ ਜਨ ਪਿਆਰੇ
ਤੇਰੇ ਘਰ ਬੈਸੋ ਹਰ ਜਨ ਪਿਆਰੇ ਸਤਿਗੁਰ ਤੁਮ ਸਤਿਗੁਰ ਤੁਮਾਰੇ ਕਾਜ ਸਵਾਰੇ ਦੁਸ਼ਟ ਦੂਤ ਪਰਮੇਸ਼ਰ ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨ ਕੀ ਪੈਜ ਰੱਖੇ ਕਰਤਾਰੇ ਜਨ ਕੀ ਪੈਜ ਰੱਖੇ ਹਰ ਜਨ ਪਿਆਰੇ ਤੇਰੇ ਘਰ ਬੈਸੋ ਹਰ ਜਨ ਪਿਆਰੇ ਸਤਿਗੁਰ ਤੁਮਾਰੇ ਕਾਜ ਸਵਾਰੇ ਸਤਿਗੁਰ ਤੁਮਾਰੇ ਕਾਜ ਸਵਾਰੇ ਤੁਮਰੇ ਕਾਜ ਸਵਾਰੇ ਤੁਮਰੇ ਕਾਜ ਸਵਾਰੇ ਤੁਮਰੇ ਕਾਜ ਸਵਾਰੇ ਸਤਿਗੁਰ ਤੁਮਰੇ ਕਾਜ ਸਵਾਰੇ ਸਤਿਗੁਰ ਤੁਮਰੇ ਕਾਜ ਸਵਾਰੇ ਤੁਮਰੇ ਕਾਜ ਸਵਾਰੇ ਬਾਦਸ਼ਾਹ ਵਸ ਕਰ ਦੀਨੇ ਬਾਦਸ਼ਾਹ ਸਭ ਵਸ ਕਰ ਦੀਨੇ ਬਾਦਸ਼ਾਹ ਸਭ ਆ ਆ
बादशाह सब बस कर दीने अमृत नाम मारस पीने। अमृत नाम मारस पीने निर्मा जो भगवान वाहिगुरु 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 वाहेगुरु 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 निर्मोहि जो भगवान साध संगत मिल के साध संगत मिल के नौदान थिर कर बैसो हर जन प्यारे थिर कर बैसो हर जन प्यारे सतगुर तुमरे काज सवारे सतगुर तुमरे काज सवारे तुमरे काज सवारे सतगुर तुमरे काज सवारे तुमरे काज सवारे सतगुर तुमरे काज सवारे शरण परे प्रभु अंतर जामी शरण परे प्रभु अंतर जामी नानक ओ पकरे
ਸਤਿਗੁਰੂ ਤਿਨਾ ਮਿਲਾਇਆ ਜਿਨ੍ਹਾਂ ਤੁਰੇ ਪਿਆ ਸਮਝੋ। ਇਸ ਪਰਿਵਾਰ ਦੀ ਬੇਟੀ ਮਨਪ੍ਰੀਤ ਕੌਰ, ਜਿਸਦਾ ਕੁਝ ਦਿਨ ਬਾਅਦ ਵਿਵਾਹ ਹੈ, ਕਹਿੰਦੇ ਨੇ ਕਿ ਦੁਨੀਆ ਦਾ ਦਸਤੂਰ ਹੈ ਜਿਹੜਾ ਮਾਂ ਬਾਪ ਬੱਚੇ ਨੂੰ ਪੜ੍ਹਾਉਂਦਾ ਲਿਖਾਉਂਦਾ ਹੈ, ਜਨਮ ਦੇ ਕੇ ਉਹਦਾ ਪਾਲਣ ਪੋਸ਼ਣ ਕਰਦਾ ਹੈ, ਪਰ ਉਹ ਸਾਰੀ ਜ਼ਿੰਦਗੀ ਧੀਆਂ 'ਤੇ ਐਸਾ ਹੱਕ ਨਹੀਂ ਰੱਖ ਸਕਦਾ ਕਿ ਸਦਾ ਵਾਸਤੇ ਆਪਣੇ ਘਰ ਵਿੱਚ ਬਿਠਾ ਕੇ ਰੱਖ ਲਵੇ। ਸਿਆਣਿਆਂ ਦਾ ਇੱਕ ਕਥਨ ਹੈ ਜੋ ਕਿ ਆਮ ਕਰਕੇ ਇੱਕ ਪ੍ਰਚਲਿਤ ਗੱਲ ਹੈ ਕਿ ਧੀਆਂ ਜਿਹੜੀਆਂ ਹਨ ਪਰਾਇਆ ਤਨ ਹੁੰਦੀਆਂ ਹਨ। ਸੋ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਇੱਕ ਐਸਾ ਦਿਨ ਆਉਂਦਾ ਹੈ ਜਿਸ ਦਿਨ ਉਹ ਆਪਣਾ ਸਾਰਾ ਕੁਝ ਛੱਡ ਕੇ, ਆਪਣੇ ਪੇਕੇ ਪਰਿਵਾਰ ਨੂੰ ਛੱਡ ਕਰਕੇ ਸਹੁਰੇ ਪਰਿਵਾਰ ਵਿੱਚ ਤੁਰ ਜਾਂਦੀਆਂ ਹਨ। ਇਹ ਦੁਨੀਆ ਦਾ ਦਸਤੂਰ ਹੈ, ਕਿਉਂਕਿ ਰਾਜੇ ਮਹਾਰਾਜੇ ਵੀ ਜਿਹੜੇ ਹਨ ਧੀਆਂ ਨੂੰ ਆਪਣੇ ਘਰ ਵਿੱਚ ਨਹੀਂ ਰੱਖ ਸਕੇ, ਅਤੇ ਸਾਧ ਸੰਗਤ ਇਹ ਪਰਾਇਆ ਧਨ ਹੈ, ਇਹ ਜਾਣਾ ਹੀ ਹੈ ਆਪਣੇ ਘਰ ਦੇ ਵਿੱਚ। ਪਰ ਆਪਾਂ ਧੀਆਂ ਨੂੰ ਸਿਕਸ਼ਾ ਦੇ ਕੇ ਭੇਜੀਏ ਕਿ ਬੇਟਾ ਜਿਸ ਘਰ ਵਿੱਚ ਤੁਸੀਂ ਜਾਓਗੇ ਉਸ ਪਰਿਵਾਰ ਦੇ ਵਿੱਚ ਆਪਣਾ ਪਰਿਵਾਰ ਸਮਝ ਕੇ ਚੱਲਣਾ ਕਿ ਉਹ ਤੁਹਾਡਾ ਆਪਣਾ ਖੁਦ ਦਾ ਪਰਿਵਾਰ ਹੈ। ਕਈ ਵਾਰਾਂ ਅਸੀਂ ਬੱਚਿਆਂ ਨੂੰ ਕਹਿ ਦਿੰਦੇ ਹਾਂ ਕਿ ਬੇਟਾ ਆਹ ਤੇਰੇ ਸੱਸ ਸਹੁਰਾ ਹਨ। ਸੱਸ ਸਹੁਰਾ ਨਹੀਂ ਕਹਿਣੇ, ਐਸੇ ਅਲਫਾਜ਼ ਨਹੀਂ ਧੀਆਂ ਨੂੰ ਸਿਖਾਉਣੇ। ਇਹ ਕਹਿਣਾ ਕਿ ਬੇਟਾ ਜੇਕਰ ਅਸੀਂ ਤੇਰੇ ਮਾਂ ਬਾਪ ਹਾਂ ਅਤੇ ਜਿਸ ਘਰ ਵਿੱਚ ਤੈਨੂੰ ਡੁੱਲ ਵਿੱਚ ਬਿਠਾ ਕੇ ਤੋਰ ਰਹੇ ਹਾਂ, ਜਿਸ ਪਰਿਵਾਰ ਵਿੱਚ ਤੂੰ ਜਾ ਰਹੀ ਹੈ, ਅਤੇ ਉਸ ਪਰਿਵਾਰ ਦੇ ਵਿੱਚ ਵੀ ਉਹ ਵੀ ਤੇਰੇ ਮਾਂ ਬਾਪ ਹਨ। ਜੇਕਰ ਅਸੀਂ ਤੈਨੂੰ ਜਨਮ ਦਿੱਤਾ, ਤੇਰੇ ਮਾਂ ਬਾਪ ਹੋਣ ਦਾ ਅਸੀਂ ਇਹ ਸੇਵਾ ਜਿਹੜੀ ਹੈ ਮਾਂ ਬਾਪ ਦੀ ਜਿਹੜੀ ਅਸੀਂ ਕੀਤੀ ਹੈ, ਤੈਨੂੰ ਜਨਮ ਦੇ ਕੇ ਪਾਲਣ ਪੋਸ਼ਣ ਕੀਤਾ, ਪੜ੍ਹਾਇਆ ਲਿਖਾਇਆ, ਅਤੇ ਅੱਜ ਤੇਰਾ ਵਿਵਾਹ ਕਰਨ ਲੱਗਿਆ ਜਿਸ ਪਰਿਵਾਰ ਵਿੱਚ ਤੂੰ ਜਾਏਂਗੀ,
ਤੇ ਉੱਥੇ ਵੀ ਜਿਹੜੇ ਮਾਂ ਬਾਪ ਹਨ ਦੇਣਾ। ਇਸੇ ਤਰ੍ਹਾਂ ਹੀ ਲੜਕੇ ਵਾਲਿਆਂ ਨੂੰ ਵੀ ਚਾਹੀਦਾ ਹੈ ਕਿ ਬੇਟੀ ਵਾਲਿਆਂ ਨੇ ਆਪਣੀ ਬੇਟੀ ਦੇ ਕੇ ਉਸ ਲੜਕੇ ਨੂੰ ਇਸ ਘਰ ਦਾ, ਸੋ ਉਸ ਬੱਚੇ ਨੂੰ ਵੀ ਚਾਹੀਦਾ ਹੈ ਕਿ ਇਸ ਪਰਿਵਾਰ ਦੇ ਵਿੱਚ ਜਿਹੜੇ ਲੜਕੀ ਦੇ ਮਾਤਾ ਪਿਤਾ ਹਨ ਉਹਨਾਂ ਨੂੰ ਮਾਂ ਬਾਪ ਦਾ ਦਰਜਾ ਦੇ ਕੇ ਸਤਿਕਾਰ ਕਰਨਾ, ਨਾ ਕਿ ਸੱਸ ਸਹੁਰਾ ਸਮਝਣਾ। ਕਿਉਂਕਿ ਜਦੋਂ ਅਸੀਂ ਬੱਚਿਆਂ ਨੂੰ ਐਸੀ ਵਿਚਾਰ ਉਹਨਾਂ ਦੇ ਮਨ ਦੇ ਵਿੱਚ ਬਿਠਾਵਾਂਗੇ ਨਾ ਸਾਧ ਸੰਗਤ, ਬੱਚਿਆਂ ਦੀ ਜ਼ਿੰਦਗੀ ਜਿਹੜੀ ਹੈ ਉਹ ਸਵਰਗ ਬਣ ਜਾਂਦੀ ਹੈ। ਵਿਵਾਹਕ ਜੀਵਨ ਜਿਹੜਾ ਹੈ ਉਹ ਫਿਰ ਸਵਰਗ ਤੋਂ ਘੱਟ ਨਹੀਂ, ਉਸ ਸਵਰਗ ਤੋਂ ਘੱਟ ਖੁਸ਼ੀ ਨਹੀਂ। ਸਾਧ ਸੰਗਤ ਮਹਾਰਾਜ ਬਖਸ਼ਿਸ਼ ਕਰਦੇ ਹਨ ਕਿ ਵਿਵਾਹਕ ਜੋੜਾ ਜਿਹੜਾ ਉਹ ਕਿਵੇਂ ਹੋਣਾ ਚਾਹੀਦਾ। ਤਨ ਪਿਰ ਇਹਨਾਂ ਅੱਖੀਂ ਬਹਿਨ ਇਕੱਠੇ ਹੋਏ, ਏਕ ਜੋਤ ਦੋਏ ਮੂਰਤੀ ਤਨ ਪਿਰ ਕਹੀਏ ਸੋਏ। ਮਹਾਰਾਜ ਕਹਿੰਦੇ ਕਿ ਸੁਭਾਗੀ ਜੋੜੇ ਦੀ, ਵਿਵਾਹਕ ਜੋੜੇ ਦੀ ਆਪਸ ਵਿੱਚ ਐਡੀ ਸੈਟਲਮੈਂਟ ਹੋਣੀ ਚਾਹੀਦੀ ਹੈ, ਇੰਨੀ ਸਮਝਦਾਰੀ ਹੋਣੀ ਚਾਹੀਦੀ ਹੈ, ਭਾਵੇਂ ਸਰੀਰ ਦੋ ਹੋਣ ਪਰ ਵਿਚਾਰ ਇੱਕ ਹੋਣੀ ਚਾਹੀਦੀ ਹੈ। ਜਿਸ ਪਰਿਵਾਰ ਦੇ ਵਿੱਚ ਬੱਚਾ ਬੱਚੀ ਦਾ ਮਨ ਮੇਲ ਖਾ ਜਾਏ, ਵਿਚਾਰ ਮਿਲ ਜਾਣ, ਤੇ ਸਾਧ ਸੰਗਤ ਉਸ ਪਰਿਵਾਰ ਦੇ ਵਿੱਚ ਜਿਹੜੀ ਖੁਸ਼ੀ ਹੈ ਉਸਦਾ ਕੋਈ ਅੰਦਾਜ਼ਾ ਨਹੀਂ ਲਾ ਸਕਦਾ। ਉਸ ਪਰਿਵਾਰ ਦੇ ਵਿੱਚ ਕਦੇ ਵੀ ਉਤਾਰ ਚੜਾਅ ਜਿਹੜੇ ਹਨ ਉਹ ਕਦੇ ਨਹੀਂ ਆਉਂਦੇ, ਤੇ ਇਹ ਉਦੋਂ ਹੀ ਹੋਏਗਾ ਜਦੋਂ ਅਸੀਂ ਗੁਰੂ ਕੀ ਬਾਣੀ ਨੂੰ ਅਸੀਂ ਪੜ੍ਹਾਂਗੇ ਤੇ ਸਮਝਾਂਗੇ, ਵਿਚਾਰਾਂਗੇ, ਤੇ ਸਭ ਨੂੰ ਅਸੀਂ ਜਦੋਂ ਸਤਿਕਾਰ ਦੇਵਾਂਗੇ। ਇਹ ਉਦੋਂ ਹੀ ਸੰਭਵ ਹੈ ਸਾਧ ਸੰਗਤ। ਸੋ ਮੇਰੀ ਇੱਕ ਪਰਿਵਾਰ ਵਾਲਿਆਂ ਨੂੰ ਬੇਨਤੀ ਹੈ ਕਿ ਲੰਗਰ ਭਾਈ ਬੰਦ ਕਰ ਦਿਓ, ਕਿਰਪਾ ਕਰਕੇ ਉੱਪਰ ਆਓ, ਗੁਰੂ ਦਰਬਾਰ ਵਿੱਚ ਆ ਕੇ ਸਾਰੇ ਬੈਠੋ, ਕਿਉਂਕਿ ਸਤਿਗੁਰਾਂ ਨੇ ਜਿਹੜਾ ਸੁਭਾਗਾ ਸਮਾਂ ਸਾਨੂੰ ਬਖਸ਼ਿਸ਼ ਕੀਤਾ ਹੈ ਇਹ ਸਮਾਂ ਸਾਧ ਸੰਗਤ ਇਹ ਵਾਰ ਵਾਰ ਨਹੀਂ ਆਉਂਦਾ, ਤੇ ਅੱਜ ਮਹਾਰਾਜ ਨੇ ਬੜੀਆਂ ਖੁਸ਼ੀਆਂ ਬਖਸ਼ਿਸ਼ ਕੀਤੀਆਂ ਹਨ। ਸੇਵਕ ਪਰਿਵਾਰ ਸਰਦਾਰ ਅਵਤਾਰ ਸਿੰਘ ਜੀ ਸਵਰਗਵਾਸੀ ਉਹਨਾਂ ਦੇ ਸਮੁੱਚੇ ਪਰਿਵਾਰ ਨੂੰ ਤੇ ਵਾਹਿਗੁਰੂ ਦੁਆਰਾ ਇਹ ਬਖਸ਼ਿਸ਼ ਕੀਤੀਆਂ ਹੋਈਆਂ ਖੁਸ਼ੀਆਂ ਦਾ ਅਸੀਂ ਆਨੰਦ ਮਾਣ ਰਹੇ ਹਾਂ। ਕਹਿੰਦੇ ਨੇ ਕਿ ਸੱਚਾ ਆਨੰਦ ਕਿਹੜਾ ਹੈ ਜਿਹੜਾ ਗੁਰੂ ਦੇ ਨਾਲ ਜੁੜ ਕੇ ਸਮਾਂ ਬਤੀਤ ਹੋਵੇ। ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਿਲਵਿਕ ਕੱਟੇ ਗਿਆਨ ਅੰਜਨ ਸਾਰਿਆ, ਅੰਦਰੋਂ ਜਿਨਕਾ ਮੋਹ ਟੁੱਟਾ ਤਿਨਕਾ ਸ਼ਬਦ ਸੱਚਾ ਸਵਾਰਿਆ, ਆਨੰਦ ਗੁਰ ਤੇ ਜਾਣਿਆ। ਸੋ ਗੁਰੂ ਮਹਾਰਾਜ ਨੇ ਇਸ ਭਾਗਾ ਸਮਾਂ ਬਖਸ਼ਿਸ਼ ਕੀਤਾ ਸੇਵਕ ਪਰਿਵਾਰ ਨੂੰ। ਸੱਚੇ ਪਾਤਸ਼ਾਹ ਰਹਿਮਤ ਕਰਨ, ਕਿਰਪਾ ਕਰਨ ਸਤਿਗੁਰ ਜੀ, ਦੋਨਾਂ ਤੇਤਿਆਂ ਤੇ ਪਤੇਤਿਆਂ ਦੇ ਸੋਹਣੇ ਮੇਲ ਹੋਣ ਤੇ ਇਤਫਾਕ, ਵਿਸ਼ਵਾਸ, ਪ੍ਰੇਮ, ਪਿਆਰ ਇੱਕ ਦੂਜੇ ਧਿਰ ਪ੍ਰਤੀ ਇੱਕ ਦੂਸਰੇ ਦਾ ਹਮੇਸ਼ਾ ਵਾਸਤੇ ਬਣਿਆ ਰਹੇ। ਅਸੀਂ ਗੁਰੂ ਤੋਂ ਇਹੋ ਜਿਹੜੀ ਅਰਦਾਸ ਹੈ ਉਹ ਕਰਦੇ ਹਾਂ। ਸੱਚੇ ਪਾਤਸ਼ਾਹ ਦੋਨਾਂ ਧਿਰਾਂ ਦੇ ਰਹਿੰਦੇ ਕਾਰਜ ਆਪ ਸੰਪੰਨ ਕਰਨ। ਸੋ ਆਓ ਅਗਲਾ ਸ਼ਬਦ ਬੜੇ ਪਿਆਰ ਦੇ ਨਾਲ ਸਰਵਣ ਕਰੀਏ। ਜਿਨ ਜਿਨ ਨਾਮ ਤੇ ਆਇਆ ਤਿੰਨ ਕੇ ਕਾਜ ਸਰੇ,
ਹਰ ਗੁਰ ਪੂਰਾ ਅਰਾਧਿਆ ਦਰਗਹਿ ਸੱਚ ਖਰੇ ਦਰਗਹਿ ਸੱਚ ਖਰੇ ਜਿਨ ਜਿਨ ਨਾਮ ਤੇ ਆਇਆ ਤਿੰਨ ਕੇ ਕਾਜ ਖਰੇ ਹਰ ਗੁਰ ਪੂਰਾ ਅਰਾਧਿਆ ਦਰਗਹਿ ਸੱਚ ਖਰੇ ਦਰਗਹਿ ਸੱਚ ਖਰੇ ਜਿਨ ਜਿਨ ਨਾਮ ਤੇ ਆਇਆ ਤਿੰਨ ਕੇ ਕਾਜ ਸਰੇ ਹਰ ਗੁਰ ਪੂਰਾ ਅਰਾਧਿਆ ਦਰਗਹਿ ਸੱਚ ਖਰੇ ਦਰਗਹਿ ਸੱਚ ਖਰੇ ਸਰਵ ਸੁਖਾ ਨਿਧ ਚਰਨ ਹਰ ਪਉ ਜਲ ਬਿਕਮ ਤਰੇ ਸਰਵ ਸੁਖਾ ਨਿਧ ਚਰਨ ਹਰ ਪਉ ਜਲ ਬਿਕਮ ਤਰੇ ਪ੍ਰੇਮ ਭਗਤ ਤਿੰਨ ਪਾਇਆ ਬਿਖਿਆ ਨਾਹੀ ਜਰੇ ਪ੍ਰੇਮ ਭਗਤ ਤਿੰਨ ਪਾਇਆ ਬਿਖਿਆ ਨਾਹੀ ਜਿਨ ਨਾਮ ਤੇ ਆਇਆ ਤਿੰਨ ਕੇ ਕਾਜ ਸਰੇ ਹਰ ਗੁਰ ਪੂਰਾ ਅਰਾਧਿਆ ਦਰਗਹਿ ਸੱਚ ਖਰੇ ਦਰਗਹਿ ਸੱਚ ਖਰੇ ਜਿਨ ਜਿਨ ਨਾਮ ਤਿੰਨ ਕੇ ਕਾਜ ਸਰੇ ਹਰ ਗੁਰ ਪੂਰਾ ਅਰਾਧਿਆ ਦਰਗਹਿ ਸੱਚ ਖਰੇ ਦਰਗਹਿ ਸੱਚ ਖਰੇ ਕੂੜ ਗਏ ਦੁਬਦਾਨ ਸੀ ਪੂਰਨ ਸੱਚ ਪਰੇ
ਕੂੜ ਗਏ ਦੁਬਦਾਨ ਸੀ ਪੂਰਨ ਸੱਚ ਪਰੇ ਪਾਰ ਬ੍ਰਹਮ ਪ੍ਰਭ ਸੇਵ ਦੇ ਮਨ ਅੰਤਰ ਏਕਤ ਰੇ ਪਾਰ ਬ੍ਰਹਮ ਪ੍ਰਭ ਸੇਵ ਦੇ ਮਨ ਅੰਤਰ ਏਕ ਤਰੇ ਜਿਨ ਜਿਨ ਨਾਮ ਤੇ ਆਇਆ ਤਿੰਨ ਕੇ ਕਾਜ ਸਰੇ ਹਰ ਗੁਰ ਪੂਰਾ ਸੱਚ ਕਰੇ ਜਿਨ ਜਿਨ ਨਾਮ ਤੇ ਆਇਆ ਤਿੰਨ ਕੇ ਕਾਜ ਸਰੇ ਹਰ ਗੁਰ ਪੂਰਾ ਅਰਾਧਿਆ ਕਰ ਗਏ ਸੱਚ ਕਰੇ ਕਰ ਗਏ ਸੱਚ ਕਰੇ ਮਹਾਦਿਵਸ ਮੂਰਤ ਪਲੇ ਜਿਸ ਕੋ ਨਦਰ ਕਰੇ ਨਾਨਕ ਮੰਗੈ ਦਰਸ ਦਾ ਕਿਰਪਾ ਕਰੋ ਨਾਨਕ ਮੰਗੈ ਦਰਸ ਦਾ ਕਿਰਪਾ ਕਰੋ ਹਰੇ ਜਿਨ ਜਿਨ ਨਾਮ ਤੇ ਆਇਆ ਤਿੰਨ ਕੇ ਕਾਜ ਸਰੇ ਹਰ ਗੁਰ ਪੂਰਾ ਅਰਾਧਿਆ ਕਰ ਗਏ ਸੱਚ ਸੱਚ ਕਰੇ ਜਿਨ ਜਿਨ ਨਾਮ ਤੇ ਆਇਆ ਤਿੰਨ ਕੇ ਕਾਜ ਸਰੇ ਹਰ ਗੁਰ ਪੂਰਾ ਅਰਾਧਿਆ ਕਰ ਗਏ ਸੱਚ ਕਰੇ ਕਰ ਗਏ ਸੱਚ ਕਰੇ ਕਰ ਗਏ ਸੱਚ ਕਰੇ ਕਰ ਗਏ ਸੱਚ ਕਰੇ ਕਰ ਗਏ ਸੱਚ ਕਰੇ
ਦਰ ਕੇ ਸੱਚ ਕਰੇ, ਦਰ ਕੇ ਸੱਚ ਕਰੇ, ਦਰ ਕੇ ਸੱਚ ਕਰੇ, ਜਿਨ ਜਿਨ ਨਾਮ ਤੇ ਆਇਆ ਤਿਨ ਕੇ ਕਾਜ ਸਰੇ, ਹਰ ਗੁਰ ਪੂਰਾ ਅਰਾਧਿਆ ਦਰ ਕੇ ਸੱਚ ਕਰੇ, ਦਰ ਕੇ ਸੱਚ ਕਰੇ, ਦਰ ਕੇ ਸੱਚ ਕਰੇ, ਸੋਈ ਸੋਈ ਦੇਵੈ, 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 ਸੋਈ ਸੋਈ ਦੇਵ, ਜੋ ਮਾਂਗੈ ਠਾਕੁਰ ਆਪਣੇ, ਨਾਨਕ ਦਾ ਮੁਖ ਤੇ ਜੋ ਬੋਲੈ ਇਹਾ ਉਹਾ ਸੱਚ ਹੋਵੇ, ਨਾਨਕ ਦਾ ਮੁਖ ਤੇ ਜੋ ਬੋਲੈ ਇਹਾ ਉਹਾ ਸੱਚ ਹੋਵੇ, ਜੋ ਮਾਂਗੈ ਠਾਕੁਰ ਆਪਣੇ ਤੇ, ਜੋ ਮਾਂਗੈ ਠਾਕੁਰ ਆਪਣੇ ਤੇ, ਸੋਈ ਸੋਈ ਜੋ
चतुर दिशा किनो बल अपना सिर ऊपर करता रे, चतुर दिशा किनो बल सिर ऊपर करता रे, कृपा कटा अवलोकन कीनो दास कदू अवलोकन कीनो दास का दुख बिदारे, जो मांगे ठाकुर अपने दे, जो मांगे ठाकुर अपने दे, सोई सोई देवे, सोई सोई देवे, सोई हर जन राखे गुर गोविंद, राखे गुर गोविंद, हर जन राखे गुर राखे गुर गोविंद, कंठ लाए अब गुण सब बेटे दयाल पुरख बक
ਅਬ ਗੁਣ ਸਭ ਮੇਰੇ ਦਿਆਲ ਪੁਰਖ ਬਖਸ਼ੰਦ ਜੋ ਮਾਂਗੈ ਠਾਕੁਰ ਆਪਣੇ ਤੇ ਜੋ ਮਾਂਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ 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 ਜੋ ਮਾਂਗੈ ਠਾਕੁਰ ਆਪਣੇ ਤੇ ਜੋ ਮਾਂਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ ਸੋਈ ਸੋਈ ਦੇਵੈ ਸੋਈ ਸੋਈ ਸੋ ਸਤਸੰਗ ਜੀ ਮਹਾਰਾਜ ਕਿਰਪਾ ਕਰਨ ਜਿਸ ਕਾ ਕਾਰਜ ਤਿੰਨ ਹੀ ਕੀਆ ਮਾਨਸ ਕਿਆ ਵਿਚਾਰਾ ਰਾਮ ਜੋੜੀਆਂ ਜਗ ਥੋੜੀਆਂ ਆਪਾਂ ਤਾਂ ਇੱਕ ਦੁਨਿਆਵੀ ਤੌਰ 'ਤੇ ਇੱਕ ਰੀਤ ਨਿਭਾਉਂਦੇ ਹਾਂ ਇਹ ਜੋੜੀਆਂ ਜੜੀਆਂ ਹਨ ਇਹ ਤੁਰ ਦਰਗਾਹ ਤੋਂ ਬਣ ਕੇ ਆਉਂਦੀਆਂ ਹਨ ਸੋ ਸਤਿਗੁਰ ਜੀ ਰਹਿਮਤ ਕਰਨ ਸੱਚੇ ਪਾਤਸ਼ਾਹ ਦੋਨਾਂ ਧਿਰਾਂ ਦੇ ਸੋਹਣੇ ਮੇਲ ਹੋਣ ਮਹਾਰਾਜ ਰਹਿੰਦੇ ਕਾਰਜਾਂ ਵਿੱਚ ਆਪ ਸਹਾਈ ਹੋਣ ਸਾਰੇ ਕਾਰਜ ਆਪ ਪੂਰੇ ਕਰਨ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ ਰਾਮ ਤਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ ਰਾਮ ਸਤਿਗੁਰ ਜੀ ਸੋਹਣੇ ਮੇਲ ਕਰਾਉਣ ਤੇਤਿਆਂ ਤੇ ਪਤੇਤਿਆਂ ਦੇ ਵਾਹਿਗੁਰੂ ਅੱਗੇ ਇਹੋ ਅਰਦਾਸ ਕਰਦਿਆਂ ਦੋਨਾਂ ਧਿਰਾਂ ਦੇ ਕਾਰਜ ਜਿਹੜੇ ਹਨ ਉਹ ਰਾਸ ਹੋਣ ਆਓ ਸੇਵਕ ਪਰਿਵਾਰ ਦਾ ਸਾਡੇ ਕੀਰਤਨੀ ਜਥੇ ਵੱਲੋਂ ਬਹੁਤ ਬਹੁਤ ਧੰਨਵਾਦ ਹੈ ਗੁਰੂ ਕੇ ਵਜ਼ੀਰ ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਜੀ ਜੋ ਕਿ ਬਹੁਤ ਦਿਲੋਂ ਪਿਆਰ ਕਰਦੇ ਹਨ ਅਸੀਸਾਂ ਬਖਸ਼ਿਸ਼ ਕਰਦੇ ਹਨ ਵੀਰ ਉਹਨਾਂ ਦਾ ਵੀ ਸਾਡੇ ਕੀਰਤਨੀ ਜਥੇ ਵੱਲੋਂ ਬਹੁਤ ਬਹੁਤ ਧੰਨਵਾਦ ਹੈ ਗੁਰੂ ਮਹਾਰਾਜ ਕਿਰਪਾ ਕਰਨ ਆਪ ਸਾਰੀਆਂ ਸੰਗਤਾਂ ਦੀਆਂ ਹਾਜ਼ਰੀਆਂ ਤਥਾ ਤਿਲ ਪਟਾਵਾਂ ਦਰ ਤੇ ਪ੍ਰਵਾਨ ਕਰਨ ਦਰੋ ਕਰੋ ਸਮੁੱਚੀ ਸੰਗਤਾਂ ਨੂੰ ਗੁਰਸਿੱਖੀ ਜੀਵਨ ਨਾਮ ਬਾਣੀ ਦੀ ਦਾਤ ਚੜ੍ਹਦੀ ਕਲਾ ਬਖਸ਼ਿਸ਼ ਕਰਨ ਆਓ ਹੁਣ ਇਤਨੇ ਬਚਨ ਕਰਦਾ ਦਾਸ ਖਿਮਾ ਦਾ ਜਾਚਕ ਹੈ ਤੇ ਆਪਾਂ ਹੁਣ ਗ੍ਰੰਥ ਸਾਹਿਬ ਜੀ ਦਾ ਜਾਪ ਕਰੀਏ ਉਸ ਤੋਂ ਬਾਅਦ ਅਰਦਾਸ ਬੇਨਤੀ ਵਿੱਚ ਸਾਰਿਆਂ ਨੇ ਮਿਲ ਜੁਲ ਕੇ ਹਾਜ਼ਰੀ ਲਗਵਾਉਣੀ ਹੈ ਆਓ ਬੜੇ ਪਿਆਰ ਦੇ ਨਾਲ ਗ੍ਰੰਥ ਸਾਹਿਬ ਜੀ ਦਾ ਜਾਪ ਕਰੀਏ ਭਾਈ ਰਾਮ ਕਲੀ ਮਹੱਲਾ ਤੀਜਾ
ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੇ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸਿੱਧੀ ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾਵਣ ਆਇਆ ਸ਼ਬਦੋ ਤਾਂ ਗਾਵੋ ਕਹਿ ਨਾਨਕ ਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਹਰ ਨਾਲ ਰੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਸਭਨਾਂਗ ਨਾ ਸਮਰਥ ਸੁਆਮੀ ਸੋ ਕਿਉਂ ਮਨੋ ਵਿਸਾਰੇ ਸਾਚੇ ਸਾਹਿਬਾ ਕਿਆ ਨਹੀਂ ਕਰਦੇ ਰਹਿ ਹਰ ਤਾਂ ਤੇਰੇ ਸਭ ਕਿਚੈ ਜਿਸਦੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੇ ਨਾਮ ਮਨ ਵਸਾ ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਸਾਚਾ ਨਾਮ ਮੇਰਾ ਆਧਾਰ ਸੱਚ ਨਾਮ ਆਧਾਰ ਮੇਰਾ ਦਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂ ਸੁਖ ਮਨਾਏ ਵਸਿਆ ਦਿਨ ਸਦਾ ਕੁਰਬਾਨ ਕੀਤਾ ਗੁਰ ਵਿੱਚੋਂ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸੱਚ ਨਾਮ ਮੇਰਾ ਆਧਾਰ ਵਾਜੇ ਪੰਜ ਸ਼ਬਦ ਕਰ ਸਪਗੈ ਕਰ ਸਪਗੈ ਸ਼ਬਦ ਵਾਜੇ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਜਿਨ ਕੋ ਸੇ ਨਾਮ ਹਰ ਕੈ ਕਹਿ ਨਾਨਕ ਪੈਸ ਕੋ ਆਤਿਤ ਕਰ ਅਨੰਦ ਵਾਜੇ ਅਨੰਦ ਸੁਣਾ ਵੱਡ ਪਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਦੁੱਖ ਰੋਗ ਸੰਤਾਪ ਤੇਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪਏ ਸਰਸੇ ਪੂਰੇ ਗੁਰ ਤੇ ਸੁਣਦੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਿਹਾ ਭਰਪੂਰੇ ਬਿਨਵੰਤ ਨਾਨਕੁਰ ਵਾਜੇ ਅਨੰਦ ਤੁਰੇ ਸਰੋ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਾਤ ਇਸ ਰਾਤ ਹੋਏ ਦਾਈ ਦਾਇਆ ਚੰਗਿਆਈਆਂ ਬੁਰਿਆਈਆਂ ਕਰਮੀ ਆਪੋ ਆਪਣੀ ਕੇ ਨੇੜੇ ਕੇ ਜਿੰਨੇ ਨਾਮ ਤੇ ਆਇਆ ਗਏ ਮੁਸ਼ਕਤ ਕਾ ਜਿੰਨੇ ਨਾਮ ਤੇ ਆਇਆ ਗਏ ਮੁਸ਼ਕਤ ਕਾ ਨਾਨਕ ਤੇ ਉਜਲੇ ਕੇਤੀ ਛੁੱਟੀ ਨਾਲ ਕੇਤੀ ਛੁੱਟੀ ਜਿੰਨੀ ਨਾਮ ਤੇ ਆਇਆ ਗਏ ਮੁਸ਼ਕਤ ਕਾ ਨਾਨਕ ਤੇ ਮੁਖੋਜਲੇ ਕੀਤੀ ਛੁੱਟੀ ਨਾ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ।